ਹਾੜੀਆਂ ਤੇ ਸੌਣੀਆਂ ਦੀ ਸੌਂ ਕਿਸਾਨੋ ਕਾਮਿਓ ਗਿਣਤੀਆਂ ਤੇ ਤੇਸਿਆਂ ਦੀ ਸੌਂ ਹੱਕਾਂ ਦੇ ਹਾਮਿਓ ਸੰਤ ਰਾਮ ਉਦਾਸੀ ਦੀਆਂ ਇਹ ਲਾਈਨਾਂ ਜਿਹੜੀਆਂ ਨੇ ਪੰਜਾਬ ਦੀ ਇਸ ਹਾਲਾਤ ਦੇ ਉੱਤੇ ਬਖੂਬੀ ਟੁੱਕਦੀਆਂ ਨੇ ਪੰਜਾਬ ਦੇ ਹੱਕ ਮਾਰ ਰਹੇ ਨੇ ਜਾਂ ਇਹ ਕਹਿ ਲਓ ਕਿ ਹੱਕ ਜਿਹੜੇ ਨੇ ਉਹ ਲੈਣ ਜਾ ਰਿਹਾ ਸੀ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬੀਆਂ ਦੇ ਲਈ ਔਰ ਹਰ ਉਹ ਬੰਦੇ ਲਈ ਜਿਹੜਾ ਕਿਰਤੀਆਂ ਦੀ ਕਦਰ ਕਰਦਾ ਹੈ ਉਹਦੇ ਲਈ ਅਹਿਮ ਹੈ ਚਾਹੇ ਕੋਈ ਵੀ ਗੱਲ ਹੋਵੇ ਉਹਨਾਂ ਮਸਲਾ ਬੈਠ ਕੇ ਸੁਲਝਾਇਆ ਜਾਣਾ ਹੈ ਪਰ ਕਿਸਾਨਾਂ ਦੇ ਨਾਲ ਸ਼ਾਇਦ ਇਹ ਨਹੀਂ ਹੋ ਰਿਹਾ ਵੈਸੇ ਮੈਂ ਜਦੋਂ ਵੀ ਕੋਈ ਗੱਲ ਕਰਨ ਲੱਗਦਾ ਹਾਂ ਤਾਂ ਮੈਨੂੰ ਅੱਜ ਕਿਸਾਨਾਂ ਦੀ ਯਾਦ ਆ ਰਹੀ ਹੈ ਹਰ ਕਿਸਾਨ ਜਿਹੜਾ ਹੈ ਹਰ ਗੱਲ ਦੇ ਵਿੱਚ ਮੇਰੇ ਆ ਰਿਹਾ ਕਿਤੇ ਨਾ ਕਿਤੇ ਪੰਜਾਬ ਦਾ ਪੂਰਾ ਮਾਹੌਲ ਜਿਹੜਾ ਹੈ ਉਹ ਭਖਿਆ ਹੋਇਆ ਮੈਂ ਜਦੋਂ ਆਫਿਸ ਲਈ ਅੱਜ ਆਪਣੀ ਕਾਰ ਕੱਢ ਰਿਹਾ ਤਾਂ ਰਸਤੇ ਵਿੱਚ ਇੰਨੇ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਜਾਂਦੇ ਦੇਖ ਰਿਹਾ ਤਾਂ ਲੱਗਦਾ ਯਾਰ ਮੈਂ ਕਿਉਂ ਇੱਥੇ ਰਹਿ ਗਿਆ ਪਰ ਇਸ ਲਈ ਮੈਂ ਅੱਜ ਦਿਲ ਦੀ ਗੱਲ ਦੇ ਵਿੱਚ ਵੀ ਇਹੀ ਗੱਲਾਂ ਕਰ ਰਿਹਾ ਕਿ ਮੈਂ ਆਪਣਾ ਫਰਜ਼ ਜਿਹੜਾ ਹੈ ਉਹ ਇੱਥੋਂ ਨਿਭਾ ਲਵਾਂ ਤਾਂ ਜੋ ਮੈਨੂੰ ਇਹ ਨਾ ਲੱਗੇ ਕਿ ਮੈਂ ਗੱਲ ਨਹੀਂ ਕੀਤੀ ਅਤੇ ਕੱਲ੍ਹ ਨੂੰ ਇਹ ਨਾ ਲੱਗੇ ਕਿ ਮੈਂ ਆਪਣੇ ਭਰਾਵਾਂ ਦੇ ਨਾਲ ਮੋਢਾ ਨਾਲ ਮੋਢਾ ਜੁੜ ਕੇ ਖੜਿਆ ਨਹੀਂ ਬੇਪਰਵਾਹ ਹੋਣਾ ਬਹੁਤ ਹੀ ਚੰਗੀ ਗੱਲ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜ਼ਿੰਮੇਵਾਰ ਨਾ ਹੋਵੋ ਬੇਪਰਵਾਹ ਰਹੋ ਉਹਨਾਂ ਗਮਾਂ ਤੋਂ ਜਿਹੜੇ ਤੁਹਾਡੇ ਕੋਲ ਆ ਕੇ ਖੜ ਗਏ ਨੇ ਬੇਪਰਵਾਹ ਰਹੋ ਉਹਨਾਂ ਗੱਲਾਂ ਤੋਂ ਜਿਹੜੀਆਂ ਤੁਹਾਨੂੰ ਬੋਝ ਲੱਗਦੀਆਂ ਨੇ ਬੇਪਰਵਾਹ ਰਹੋ ਉਹਨਾਂ ਚੱਲਾਂ ਤੋਂ ਜਿਹੜਾ ਤੁਹਾਨੂੰ ਲਾਲਚ ਲੈ ਕੇ ਜਾਂਦੀਆਂ ਨੇ ਹਾਂ ਆਪਣੀ ਜ਼ਿੰਮੇਵਾਰੀ ਨੂੰ ਜਿਹੜਾ ਹੈ ਪੌੜੀ ਦਰ ਪੌੜੀ ਸਮਝਣਾ ਵੀ ਬਹੁਤ ਜ਼ਰੂਰੀ ਹੈ ਜੇ ਅਸੀਂ ਨਹੀਂ ਸਮਝਾਂਗੇ ਤਾਂ ਫਿਰ ਜਨਾਬ ਅਸੀਂ ਜਿਹੜਾ ਆ ਬੇਪਰਵਾਹ ਦੇ ਨਾਲ ਬੇਸਬਰੇ ਅਤੇ ਨਾ ਸ਼ੁਕਰੇ ਵੀ ਹੋ ਸਕਦੇ ਹਾਂ ਵੈਸੇ ਜੇ ਮੈਂ ਨਾ ਸ਼ੁਕਰੇ ਦੀ ਗੱਲ ਕਰ ਹੀ ਲਈ ਹੈ ਤਾਂ ਨਾ ਸ਼ੁਕਰੇ ਕਦੇ ਨਹੀਂ ਹੋਣਾ ਚਾਹੀਦਾ ਜੋ ਤੁਹਾਨੂੰ ਮਿਲਿਆ ਹੈ ਉਹਦੇ ਵਿੱਚ ਸ਼ੁਕਰ ਕਰਨਾ ਚਾਹੀਦਾ ਕਿਉਂਕਿ ਕਈ ਜਿਹੜੇ ਨੇ ਉਹ ਤੁਹਾਡੇ ਤੋਂ ਵੀ ਥੱਲੇ ਨੇ ਜਨਾਬ ਸੋ ਜੇ ਤੁਹਾਡੇ ਪੂਰੇ ਅੰਗ ਪੈਰ ਜਿਹੜੇ ਨੇ ਉਹ ਸਵਸਥ ਨੇ ਠੀਕ ਨੇ ਤਾਂ ਤੁਸੀਂ ਜਿਹੜੇ ਨੇ ਸਭ ਤੋਂ ਉੱਤਮ ਇਨਸਾਨ ਨੇ ਸੋ ਸ਼ੁਕਰ ਕਰੋ ਫਿਲਹਾਲ ਮੈਂ ਸ਼ੁਕਰ ਕਰ ਰਿਹਾ ਕਿ ਮੈਨੂੰ ਮੌਕਾ ਮਿਲ ਰਿਹਾ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਪਰ ਇਹ ਗੱਲ ਜਿਹੜੀ ਹੈ ਇੱਥੇ ਰੋਕਣੀ ਪੈਣੀ ਆ ਕਿਉਂਕਿ ਮੈਂ ਹੁਣ ਜਾਣਾ ਆਪਣੇ ਘਰ ਅਤੇ ਫਿਰ ਕਰਾਂਗਾ ਤੁਹਾਡੇ ਨਾਲ ਹੋਰ ਦਿਲ ਦੀਆਂ ਗੱਲਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤਦ ਤੱਕ ਸ਼ਬਾ ਖੈਰ